ਹੋਰ ਭਾਜੀ ਕੀ ਹਾਲ ਚਾਲ? ਠੀਕ ਠਾਕ, ਸਭ ਭਰਾ ਠੀਕ ਹੋਣਗੇ, ਸਾਰਿਆਂ ਦੇ ਪਰਿੰਦੇ ਠੀਕ ਹੋਣਗੇ ਮੇਰੇ ਵੀਰ ਜੀ। ਹਾਂਜੀ ਭਾਜੀ, ਭਾਜੀ ਮੈਂ ਇੱਕ ਹੋਰ ਫਾਰਮੂਲਾ ਲੈ ਕੇ ਆਇਆ ਵਾਂ, ਜਿਹੜੀਆਂ ਕਿ ਕਬੂਤਰੀਆਂ ਅੰਡਿਆਂ ਤੋਂ ਬੰਦ ਹੋਈਆਂ ਜਾਂ ਜਿਨ੍ਹਾਂ ਦੇ ਬੱਚੇ ਨਹੀਂ ਬਣਦੇ ਹੈਗੇ ਅੰਡਿਆਂ ਦੇ ਵਿੱਚ, ਠੀਕ ਹੈ ਭਾਜੀ, ਉਹਨਾਂ ਵਾਸਤੇ ਮੈਂ ਫਾਰਮੂਲਾ ਲੈ ਕੇ ਆਇਆ। ਪਹਿਲਾਂ ਵੀ ਮੈਂ ਵਰਤਿਆ ਵਾ ਇਹ ਫਾਰਮੂਲਾ, ਮੈਂ ਸ਼ਹਿਰ ਗਿਆ ਤਾਂ ਫਿਰ ਲੈ ਕੇ ਆਇਆ, ਇੱਕ ਪੈਕ ਖਤਮ ਹੋ ਗਿਆ ਸੀ, ਹੁਣ ਨਵਾਂ ਪੈਕ ਵੀ ਲੈ ਕੇ ਆਇਆ ਮੈਂ। ਕੱਲ੍ਹ ਖੋਲ੍ਹ ਕੇ ਪਾਇਆ ਇਹਨਾਂ ਨੂੰ, ਫਿਰ ਦੋ ਕਬੂਤਰੀਆਂ ਜਿਹੜੀਆਂ ਅੰਡੇ ਨਹੀਂ ਦੇਣਗੀਆਂ, ਉਹਨਾਂ ਵਾਸਤੇ ਮੈਂ ਫਾਰਮੂਲਾ ਲੈ ਕੇ ਆਇਆ ਵਾਂ। ਠੀਕ ਹੈ ਭਾਜੀ, ਆਹ ਵੇਖ ਲਓ ਜੀ ਫਾਰਮੂਲਾ, ਹੈਗਾ ਭਾਜੀ ਟੀ ਐੱਮ ਐੱਗ ਫਾਰਮੂਲਾ, ਟੀ ਐੱਮ ਐੱਗ ਫਾਰਮੂਲਾ ਜੀ ਆ ਭਾਜੀ, ਟੀ ਐੱਮ ਐੱਗ ਫਾਰਮੂਲਾ ਜੀ। ਇਹ ਮਿਲਣਾ ਭਾਜੀ ਪੋਲਟਰੀ ਦੀ, ਜਿੱਥੋਂ ਸਮਾਨ ਮਿਲਦਾ ਮੁਰਗੀਆਂ ਮਰਗੀਆਂ ਦਾ ਫੀਡ ਫਾਰ ਮਿਲਦੀ ਹੈ, ਉਹਨਾਂ ਨੂੰ ਕਹਿਣਾ ਟੀ ਐੱਮ ਐੱਗ ਫਾਰਮੂਲਾ ਦੇ ਦਿਓ ਭਾਜੀ। ਅਤੇ ਭਾਜੀ ਦੇਣ ਦਾ ਤਰੀਕਾ, ਜਿੱਦਾਂ ਕੁੱਜਾ 2 ਲੀਟਰ ਦਾ ਕੁੱਜਾ ਵਾ, ਜਾਂ ਕੋਈ ਵੀ ਜਿਹ 'ਚ ਪਾਣੀ ਤੁਸੀਂ ਪਾਉਂਦੇ ਜੀ, ਉਹਦੇ ਵਿੱਚ ਅੱਧਾ ਚਿੰਚਾ ਪਾਉਣਾ ਦਿਨੋਂ ਵਿੱਚ ਥੋੜ੍ਹਾ ਜਿਹਾ, ਠੀਕ ਹੈ ਭਾਜੀ। ਲਗਾਤਾਰ ਦਿਓ, ਅਤੇ ਕਬੂਤਰੀਆਂ ਆਂਡੇ ਵੀ ਰੱਖਣਗੀਆਂ ਵਧੀਆ, ਠੀਕ ਹੈ ਭਾਜੀ, ਅਤੇ ਆਂਡਿਆਂ ਤੋਂ ਵੀ ਨਾ ਰੁਕਣਗੀਆਂ, ਅਤੇ ਬੱਚੇ ਵੀ ਬੰਨਣਗੇ ਆਂਡਿਆਂ ਦੇ ਵਿੱਚ, ਕੱਚਾ ਆਂਡਾ ਵੀ ਨਹੀਂ ਦੇਣਗੀਆਂ, ਠੀਕ ਹੈ ਭਾਜੀ। ਇਹਦਾ ਰੇਟ ਹੈਗਾ ਜੀ ਭਾਜੀ 220 ਰੁਪਏ, ਰੇਟ ਭਾਜੀ 220 ਰੁਪਏ ਦਾ ਰੇਟ ਜੀ, ਠੀਕ ਹੈ ਭਾਜੀ, ਵਰਤੋ ਦੱਸਿਓ, ਕਮੈਂਟ ਕਰਿਓ ਭਾਜੀ। ਜੇ ਹੋਰ ਵੀ ਵੀਡੀਓਆਂ ਮੇਰੀਆਂ ਵੇਖਣੀਆਂ ਤਾਂ ਬੈਲ ਪਟਕਾ ਦਿਆ ਕਰੋ ਯਾਰ, ਆਕੇ ਓਕੇ ਭਾਜੀ, ਠੀਕ ਠਾਕ ਭਾਜੀ, ਓਕੇ ਸਰ।